ਡਿੱਠੇ ਪਾਕ ਅੱਬਾਸ ਕੁਲਾਂ ਦਾ ਰੋ ਆ ਗਿਆ ਮੀਤ ਮੈਂ ਬੰਨ ਦੇ ਵਿੱਚ ਡਿੱਠੇ ਪਾਕ ਅੱਬਾਸ ਕੁਲਾਂ ਦਾ ਰੋ ਆ ਗਿਆ ਮੀਤ ਮੈਂ ਬੰਨ ਦੇ ਵਿੱਚ ਡਿੱਠੇ ਪਾਕ ਅੱਬਾਸ ਕੁਲਾਂ ਦਾ ਰੋ ਆ ਗਿਆ ਮੀਤ ਮੈਂ ਬੰਨ ਦੇ ਵਿੱਚ ਡਿੱਠੇ ਪਾਕ ਅੱਬਾਸ ਕੁਲਾਂ ਦਾ ਰੋ ਆ ਗਿਆ ਮੀਤ ਮੈਂ ਬੰਨ ਦੇ ਵਿੱਚ ਡਿੱਠੇ ਪਾਕ ਅੱਬਾਸ ਕੁਲਾਂ ਦਾ ਰੋ ਆ ਗਿਆ ਮੀਤ ਮੈਂ ਬੰਨ ਦੇ ਵਿੱਚ ਡਿੱਠੇ ਪਾਕ ਅੱਬਾਸ ਕੁਲਾਂ ਦਾ ਰੋ ਆ ਗਿਆ ਮੀਤ ਮੈਂ ਬੰਨ ਦੇ ਵਿੱਚ ਡਿੱਠੇ ਪਾਕ ਅੱਬਾਸ ਕੁਲਾਂ ਦਾ ਰੋ ਆ ਗਿਆ ਮੀਤ ਮੈਂ ਬੰਨ ਦੇ ਵਿੱਚ ਬਿਸਮਿਲਾ ਸਾਰੇ ਪੜੋ ਡਿੱਠੇ ਪਾਕ ਅੱਬਾਸ ਕੁਲਾਂ ਦਾ ਡਿੱਠੇ ਪਾਕ ਅੱਬਾਸ ਕੁਲਾਂ ਰੋ ਆਖਿਆ ਮੀਤ ਮੈਂ ਬੰਨ ਦੇ ਵਿੱਚ ਡਿੱਠੇ ਪਾਕ ਅੱਬਾਸ ਕੁਲਾਂ ਦਾ ਰੋ ਆਖਿਆ ਮੀਤ ਮੈਂ ਬੰਨ ਦੇ ਵਿੱਚ ਡਿੱਠੇ ਪਾਕ ਅੱਬਾਸ ਕੁਲਾਂ ਦਾ ਡਿੱਠੇ ਵਾ ਫੱਟੇ ਮਸ਼ਕ ਬੱਚੇ ਦਾ ਵਾ ਫੱਟੇ ਮਸ਼ਕ ਬੱਚੇ ਦਾ ਜਿਸ ਦਾ ਮੀਤ ਮੀਤ ਮੈਂ ਬੰਨ ਦੇ ਵਿੱਚ ਡਿੱਠੇ ਪਾਕ ਅੱਬਾਸ ਕੁਲਾਂ ਦਾ ਰੋ ਆ ਗਿਆ ਮੀਤ ਮੈਂ ਬੰਨ ਦੇ ਵਿੱਚ ਡਿੱਠੇ ਪਾਕ ਅੱਬਾਸ ਕੁਲਾਂ ਦਾ ਡਿੱਠੇ ਪਾਕ ਅੱਬਾਸ ਕੁਲਾਂ ਦਾ ਪਾਕ ਅੱਬਾਸ ਕੁਲਾਂ ਦਾ ਵਧਾ ਪੱਟੀ ਮਸ਼ਕ ਬੱਚੇ ਦਾ ਸ਼ੱਕ ਬੱਚੇ ਹੈ ਜਿਸ ਦਾ ਮੀਤ ਰੋ ਆਖਿਆ ਮੀਤ ਬੰਨ ਦੇ ਵਿੱਚ ਅੱਬਾਸ ਕੁਲਾਂ ਦਾ ਰੋ ਆਖਿਆ ਮੀਤ ਮੈਂ ਬੰਨ ਦੇ ਵਿੱਚ ਡਿੱਠੇ ਪਾਕ ਅੱਬਾਸ ਕੁਲਾਂ ਦਾ ਡਿੱਠੇ ਪਾਕ ਅੱਬਾਸ ਕੁਲਾਂ ਆਖਿਆ ਹਾਂਜੀ ਇੱਕ ਜ਼ਾਲਮ ਤੋਹਫ਼ਾ ਪੇਸ਼ ਕੀਤਾ ਥੀਆ ਕਲਾਮ ਅੱਬਾਸ ਦਾ ਬਾਜ਼ੋ ਇੱਕ ਜ਼ਾਲਮ ਤੋਹਫ਼ਾ ਪੇਸ਼ ਕੀਤਾ ਥੀਆ ਕਲਾਮ ਅੱਬਾਸ ਦਾ ਬਾਜ਼ੋ ਲਾਲ ਦੀ ਜ਼ੀਨ ਤੂੰ ਦਿਸਦਾ ਲਾਲ ਦੀ ਜ਼ੀਨ ਤੂੰ ਦਿਸਦਾ ਇੱਕ ਚਸ਼ਮਾ ਦਵਾਦਾਰੋ ਆ ਗਿਆ ਮੀਤ ਮੈਂ ਬੰਨ ਦੇ ਵਿੱਚ ਡਿੱਠੇ ਪਾਕ ਅੱਬਾਸ ਕੁਲਾਂ ਦਾ ਰੋ ਆਖਿਆ ਮੀਤ ਮੈਂ ਬੰਨ ਦੇ ਵਿੱਚ ਡਿੱਠੇ ਪਾਕ ਅੱਬਾਸ ਕੁਲਾਂ ਦਾ ਡਿੱਠੇ ਪਾਕ ਅੱਬਾਸ ਕੁਲਾਂ ਦਾ ਹਾਂਜੀ ਜਦਾਂ ਇਬਨ ਤੁਫੈਲ ਨੇ ਵਾਰ ਕੀਤਾ ਛੁੱਟ ਜ਼ੀਨ ਗਈ ਗਾਜ਼ੀ ਤੋਂ ਜਦਾਂ ਇਬਨ ਤੁਫੈਲ ਨੇ ਵਾਰ ਕੀਤਾ ਛੁੱਟ ਜ਼ੀਨ ਗਈ ਗਾਜ਼ੀ ਤੋਂ ਬਿਨ ਬਾਜ਼ੂਆ ਦੇ ਹੁੰਦਾ ਜ਼ੀਨ ਤੋਂ ਬਿਨ ਬਾਜ਼ੂਆ ਦੇ ਹੁੰਦਾ ਜ਼ੀਨ ਤੋਂ ਨਹੀਂ ਲਾਹਲ ਸਮਝ ਵਿੱਚ ਡਿੱਠੇ ਪਾਕ ਅੱਬਾਸ ਕੁਲਾਂ ਦਾ ਰੋ ਆ ਗਿਆ ਮੀਤ ਮੈਂ ਬੰਨ ਦੇ ਵਿੱਚ ਡਿੱਠੇ ਪਾਕ ਅੱਬਾਸ ਕੁਲਾਂ ਦਾ ਡਿੱਠੇ ਪਾਕ ਅੱਬਾਸ ਕੁਲਾਂ ਦਾ ਡਿੱਠੇ ਪਾਕ ਅੱਬਾਸ ਸੁਣ ਕੇ
मालूम ने कितनी देर ते रही है उम्मत जुल्म वसे मालूम ने कितनी देर ते रही है उम्मत जुल्म वसे ਪਾਕ ਅਬਾਸ ਕੁਲਾਦਾ ਮਾਲੂਮ ਨੇ ਕਿਤਨੀ ਦੇਰ ਤੇ ਰਹੀ ਹੈ ਉਮਤ ਜ਼ੁਲਮ ਵਸੇ ਮਾਲੂਮ ਨੇ ਕਿਤਨੀ ਦੇਰ ਤੇ ਰਹੀ ਹੈ ਉਮਤ ਜ਼ੁਲਮ ਸ਼ਾਬੀਰ ਆਇਆ ਜਦਾ ਲਾਸ਼ ਉਤੇ ਹਨ ਆਖਰ ਦਮ ਵਾਜ਼ੀ ਦੇ ਬਿਸਮਿਲਾ ਨੌਕਰ ਬਾਬਾ ਸ਼ਾਬੀਰ ਆਇਆ ਆਖਰੀ ਦਮ ਵਾਜ਼ੀ ਦੇ ਪਾਕ ਅਬਾਸ ਕੁਲਾਦਾ ਜਾਂ ਪਰ ਇਹ ਦੋ ਹੈ ਵੀਰ ਵਾਲਾ ਆਬਾਦ ਵਤਨ ਤੇ ਹੋਵੇ ਅੱਲਾ ਭਾਵੇ ਦੋ ਹੈ ਵੀਰ ਵਾਲਾ ਆਬਾਦ ਵਤਨ ਤੇ ਜੁਗਮਾ ਹੱਥ ਪੁੱਤਰਾ